इंद्रजीत निक्कू की एक बाबे दे नाल वीडियो वायरल होंदी है जिथे कि वह अपनी मुसीबत लैके पहुँचते हैं तो उन्होंने हल करन लई कहंदे ने। जिस तो बाद इंद्रजीत निक्कू का मास्क हटाया जाता है तो पता चलता है कि पंजाबी फेमस गायक है। जिस तो बाद उन्हां दी वीडियो सोशल मीडिया ते काफ़ी ज़्यादा वायरल हो जाती है तो इस वीडियो नू वायरल होने तो बाद लोग उन्हां नू ट्रॉल करना शुरू कर देंदे ने। बट उत्थे ही एक लड़की उन्हां दे समर्थन विच सब तो पहला सामने आउंदी है ते उन्हां दी सपोर्ट विच काफ़ी कुछ कह जाती है। जिस तो बाद कई होर लोग भी इंद्रजीत निक्कू का साथ देने लई सामने आने लग पैंदे ने। आओ तुहाडे नाल उस लड़की दी वीडियो शेयर करदे आं। इंद्रजीत निक्कू दी वीडियो ਉਹ ਪਰਸਨ ਦੱਸ ਰਿਹਾ ਹੈ ਕਿ ਉਹ ਸਟ੍ਰੈਸ ਦੇ ਵਿੱਚ ਆ, ਕਰਜ਼ੇ ਵਿੱਚ ਆ, ਉਹਦਾ ਕੰਮ ਨਹੀਂ ਚੱਲ ਰਿਹਾ ਐਂਡ ਤੁਸੀਂ ਉਹਨੂੰ ਟ੍ਰੋਲ ਕਰ ਰਹੇ ਆ। ਤੁਸੀਂ ਦੇਖੋ ਉਸ ਬੰਦਾ, ਉਹ ਬੰਦਾ ਕਿਸ ਲੈਵਲ ਦੇ ਉੱਤੇ ਪਰੇਸ਼ਾਨੀਆਂ ਦੇ ਵਿੱਚ ਹੋਊਗਾ ਕਿ ਉਹ ਅੰਧ ਵਿਸ਼ਵਾਸ ਵੱਲ ਗਿਆ ਆ ਐਂਡ ਤੁਸੀਂ ਜੇ ਉਹਨੂੰ ਵਾਪਸ ਲੈ ਕੇ ਆਉਣਾ ਚਾਹੁੰਦੇ ਆ, ਦਿਸ ਇਜ਼ ਨੋਟ ਅ ਵੇ, ਰਾਈਟ ਵੇ ਨਹੀਂ ਹੈਗਾ। ਅਗਰ ਤੁਸੀਂ ਚਾਹੁੰਦੇ ਆ ਉਹ ਵਾਪਸ ਆਵੇ, ਉਹਦੇ ਕੰਮ ਨੂੰ ਸਪੋਰਟ ਕਰੋ, ਉਹਦੀ ਸਿੰਗਿੰਗ ਨੂੰ ਸਪੋਰਟ ਕਰੋ। ਕੋਈ ਐਵੇਂ ਖਵੇਂ ਦਾ ਸਿੰਗਰ ਨਹੀਂ ਹੈਗਾ, ਉਹ ਆਪਣੇ ਟਾਈਮ ਦੇ ਉੱਤੇ ਕਹਿੰਦਾ ਕਹਾਉਂਦਾ ਸਿੰਗਰ ਸੀਗਾ। ਅੱਜ ਕੱਲ੍ਹ ਆਪਣੇ ਇੱਥੇ ਇੰਨੇ ਸ਼ੋਅਜ਼ ਹੁੰਦੇ ਆ, ਪ੍ਰਮੋਟਰਸ ਇਹੋ ਜਿਹੇ ਸਿੰਗਰਾਂ ਨੂੰ ਬੁਲਾਉਂਦੇ ਜਿਹਨਾਂ ਨੂੰ ਸਟੇਜ ਤੇ ਗਾਉਣਾ ਤੱਕ ਨਹੀਂ ਆਉਂਦਾ। ਬਈ ਉਸ ਬੰਦੇ ਨੂੰ ਸਟੇਜ ਤੇ ਚੜ੍ਹਾ ਕੇ ਤਾਂ ਦੇਖੋ, ਤੁਹਾਨੂੰ ਸਿਰਫ ਫੋਲੋਅਰਸ ਨਾਲ ਮਤਲਬ ਆ, ਸਿੰਗਰਸ ਦੇ ਫੋਲੋਅਰਸ ਨੇ ਜੀ, ਪ੍ਰਮੋਟਰਸ ਦਾ ਨਾਮ ਹੋਊਗਾ, ਇਹਦਾ ਨਾਮ ਹੋਊਗਾ, ਉਹਦਾ ਨਾਮ ਹੋਊਗਾ। ਤੁਸੀਂ ਟੈਲੈਂਟ ਨੂੰ ਕਿਉਂ ਨਹੀਂ ਪ੍ਰਮੋਟ ਕਰਦੇ? ਐਂਡ ਪੰਜਾਬੀ ਇੰਡਸਟਰੀ ਜਦੋਂ ਤੁਸੀਂ ਭਾਈ ਭੈਣ ਇਕੱਠੇ ਹੁੰਦੇ ਆ ਈਵੈਂਟਸ ਦੇ ਉੱਤੇ, ਆਪਣੇ ਭਾਈਆਂ ਭੈਣਾਂ ਨੂੰ ਬੁਲਾਇਆ ਕਰੋ, ਚੈੱਕ ਰੱਖਿਆ ਕਰੋ ਕਿ ਉਹਨਾਂ ਦੀ ਲਾਈਫ ਦੇ ਵਿੱਚ ਕੋਈ ਪ੍ਰੋਬਲਮਸ ਤਾਂ ਨਹੀਂ ਚੱਲ ਰਹੀਆਂ। ਜਿੱਥੇ ਤੁਸੀਂ ਸਾਰੇ ਇਕੱਠੇ ਹੁੰਦੇ ਆ ਉੱਥੇ ਇੱਕ ਪਰਸਨ ਨੂੰ ਹੋਰ ਨੂੰ ਬੁਲਾ ਲਉਂਗੇ ਤਾਂ ਕੀ ਹੋਜੂਗਾ? ਐਂਡ ਉਹ ਬੰਦਾ ਕੋਈ ਆਪਣੇ ਤੋਂ ਪੈਸੇ ਨਹੀਂ ਮੰਗ ਰਿਹਾ ਹੈਗਾ, ਉਹਦੇ ਵਿੱਚ ਟੈਲੈਂਟ ਇਨਫ ਹੈਗਾ ਆ, ਉਹਨੂੰ ਇੱਕ ਸਟੇਜ ਚਾਹੀਦੀ ਆ ਜਿੱਥੇ ਉਹ ਵਾਪਸ ਤੋਂ ਆਪਣਾ ਆਪ ਜੀ ਸਕੇ, ਆਪਣਾ ਟੈਲੈਂਟ ਸ਼ੋਅ ਕਰ ਸਕੇ। ਐਂਡ ਆਈ ਗਰੰਟੀ ਜਿਸ ਦਿਨ ਉਸ ਬੰਦੇ ਨੂੰ ਉਹ ਸਟੇਜ ਮਿਲ ਗਈ ਨਾ, ਉਹ ਤੁਹਾਡੇ ਸਾਰੇ ਪੰਜਾਬੀਆਂ ਦਾ ਸ਼ੁਕਰਗੁਜ਼ਾਰ ਹੋਊਗਾ ਕਿ ਤੁਸੀਂ ਉਹਨੂੰ ਬਚਾਇਆ, ਤੁਸੀਂ ਉਹਦੀ ਹੈਲਪ ਕੀਤੀ ਆ। ਸੋ ਸਪੋਰਟ ਕਰੋ, ਟ੍ਰੋਲ ਨਹੀਂ ਕਰੋ। ਐਂਡ ਮੈਨੂੰ ਨਹੀਂ ਪਤਾ ਇਸ ਤੋਂ ਬਾਅਦ ਮੈਨੂੰ ਕਿੰਨਾ ਕੁ ਟ੍ਰੋਲ ਹੋਊਗਾ, ਪਰ ਮੈਨੂੰ ਉਸ ਚੀਜ਼ ਦੀ ਕੇਅਰ ਨਹੀਂ ਆ। ਇਸ ਟਾਈਮ ਮੈਨੂੰ ਇਸ ਚੀਜ਼ ਦੀ ਕੇਅਰ ਆ ਕਿ ਤੁਸੀਂ ਉਹਨੂੰ ਉਸ ਮੈਂਟਲ ਲੈਵਲ 'ਤੇ ਨਾ ਲੈ ਕੇ ਜਾਓ ਕਿ ਉਹ ਪਰਸਨ ਕੁਛ ਕਰ ਲਵੇ। ਉਹਨੂੰ ਸਪੋਰਟ ਕਰੋ, ਉਹਨੂੰ ਕੰਮ ਦਿਵੋ। ਸੋ ਆਪਾਂ ਉਹਨਾਂ ਨੂੰ ਸਪੋਰਟ ਕਿੱਦਾਂ ਕਰ ਸਕਦੇ ਹਾਂ? ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਆਪਾਂ ਉਹਨਾਂ ਦੇ ਸੌਂਗਸ ਦੇ ਉੱਤੇ ਰੀਲਸ, ਟਿਕਟੋਕ ਵੀਡੀਓਜ਼ ਬਣਾ ਸਕਦੇ ਹਾਂ, ਯੂਟਿਊਬ ਦੇ ਉੱਤੇ ਜਾ ਕੇ ਉਹਨਾਂ ਦੇ ਸੌਂਗ ਸੁਣ ਸਕਦੇ ਹਾਂ ਐਂਡ ਉਹਨਾਂ ਨੂੰ ਵਿਊਜ਼ ਦੇ ਸਕਦੇ ਹਾਂ ਜਿਨ੍ਹਾਂ ਤੋਂ ਉਹਨਾਂ ਨੂੰ ਸ਼ਾਇਦ ਕੁਛ ਪ੍ਰੋਫਿਟ ਹੋਵੇ। ਸੈਕਿੰਡ, ਪ੍ਰਮੋਟਰਸ ਨੂੰ ਮੇਰੀ ਰਿਕੁਐਸਟ ਆ ਕਿ ਤੁਸੀਂ ਜਦੋਂ ਸ਼ੋਅ ਕਰਦੇ ਹੁੰਦੇ ਆ, ਇੰਨੇ ਲੋਕਾਂ ਨੂੰ, ਇੰਨੇ ਜਣਿਆਂ ਦੀ ਟੀਮ ਨੂੰ ਬੁਲਾਉਂਦੇ ਨੇ ਇੰਡੀਆ ਤੋਂ, ਇੱਕ ਪਰਸਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਸਪੈਸ਼ਲੀ ਉਹ ਪਰਸਨ ਜਿਹਨੂੰ ਸਟੇਜ 'ਤੇ ਲਾਈਵ ਸ਼ੋਜ਼ ਕਰਨੇ ਆਉਂਦੇ ਨੇ, ਪਰਫੋਰਮੈਂਸ ਕਰਨੀ ਆਉਂਦੀ ਆ ਐਂਡ ਆਡੀਅੰਸ ਦੇ ਨਾਲ ਇੰਟਰੈਕਟ ਕਰਨਾ ਆਉਂਦਾ ਆ। ਸੋ ਇਸ ਤਰੀਕਿਆਂ ਨਾਲ ਤੁਸੀਂ ਸਪੋਰਟ ਕਰ ਸਕਦੇ। ਇੱਕ ਚੀਜ਼ ਮੈਂ ਹੋਰ ਮੈਂਸ਼ਨ ਕਰਨਾ ਚਾਹੁੰਦੀ ਹਾਂ ਕਿ ਇੰਦਰਜੀਤ ਨਿੱਕੂ ਉਹਨਾਂ ਆਰਟਿਸਟ ਦੇ ਵਿੱਚੋਂ ਇੱਕ ਨੇ ਜਿਨ੍ਹਾਂ ਨੇ ਪੱਗ ਨੂੰ ਇੱਕ ਪਰਦੇ ਦੇ ਉੱਤੇ ਬਹੁਤ ਇਨੀਸ਼ੀਅਲ ਸਟੇਜ ਦੇ ਉੱਤੇ ਰੀਪ੍ਰਜੈਂਟ ਕੀਤਾ ਸੀਗਾ। ਉਹਨਾਂ ਦੇ ਪੱਗ ਬੰਨਣ ਦਾ ਸਟਾਈਲ ਲੋਕਾਂ ਨੂੰ ਬਹੁਤ ਪਸੰਦ ਹੁੰਦਾ ਸੀ। ਉਸ ਟਾਈਮ ਦੇ ਉੱਤੇ ਕਾਫੀ ਸਿੰਗਰ ਹੁੰਦੇ ਸੀਗੇ ਜੋ ਉਹਨਾਂ ਦੇ ਪੱਗ ਬੰਨਣ ਦਾ ਸਟਾਈਲ ਵੀ ਕਾਪੀ ਕਰਦੇ ਸੀਗੇ। ਕਾਫੀ ਪਗੜੀ ਹਾਊਸਿਸ ਹੁੰਦੇ ਸੀਗੇ ਔਰ ਮੇ ਬੀ ਅੱਜ ਵੀ ਹੁੰਦੇ ਹੋਊਗੇ ਜਿਹਨਾਂ ਦੇ ਉੱਤੇ ਉਹਨਾਂ ਦੀ ਪੱਗ ਬੰਨੀ ਵਾਲੀ ਪਿਕਚਰ ਲੱਗੀ ਹੁੰਦੀ ਸੀ। ਤੁਸੀਂ ਇਹ ਦੇਖੋ, ਉਸ ਬੰਦੇ ਦੀ ਕਿਸੇ ਨੇ ਬਾਂਹ ਨਹੀਂ ਫੜੀ ਐਂਡ ਅੱਜ ਉਹ ਇਸ ਅੰਧ ਵਿਸ਼ਵਾਸ ਦੀ ਹੱਦ ਤੱਕ ਪਹੁੰਚ ਗਿਆ। ਅਗੇਨ, ਮੈਂ ਕਿਸੇ ਅੰਧ ਵਿਸ਼ਵਾਸ ਨੂੰ ਸਪੋਰਟ ਨਹੀਂ ਕਰਦੀ, ਮੈਂ ਕਿਸੇ ਬਾਬੇ ਨੂੰ ਸਪੋਰਟ ਨਹੀਂ ਕਰਦੀ। ਐਜ਼ ਆ ਹਿਊਮਨ, ਮੈਂ ਇੱਕ ਟੈਲੈਂਟ, ਇੱਕ ਪਰਸਨ ਨੂੰ ਸਪੋਰਟ ਕਰ ਰਹੀ ਹਾਂ, ਮੈਂ ਉਹਦੀ ਮੈਂਟਲ ਹੈਲਥ ਨੂੰ ਸਪੋਰਟ ਕਰ ਰਹੀ ਹਾਂ ਐਂਡ ਮੈਂ ਇਹ ਚਾਹੁੰਦੀ ਹਾਂ ਕਿ ਆਪਾਂ ਸਾਰੇ ਉਹਨਾਂ ਨੂੰ ਸਪੋਰਟ ਕਰੀਏ। ਉਹਨਾਂ ਨੂੰ ਇਸ ਟਾਈਮ ਸਪੋਰਟ ਐਂਡ ਪਿਆਰ ਦੀ ਜ਼ਰੂਰਤ ਆ, ਨਾ ਕਿ ਟ੍ਰੋਲਿੰਗ ਦੀ। ਆਪਾਂ ਉਹਨਾਂ ਨੂੰ ਕਿੱਦਾਂ ਸਪੋਰਟ ਕਰ ਸਕਦੇ ਹਾਂ? ਲਵ, ਰਿਸਪੈਕਟ ਐਂਡ ਇੱਕ ਸਟੇਜ, ਉਹਨਾਂ ਨੂੰ ਇਹ ਤਿੰਨ ਚੀਜ਼ਾਂ ਚਾਹੀਦੀਆਂ। ਇਹ ਤਿੰਨ ਚੀਜ਼ਾਂ ਦਊਂਗੇ, ਉਹਨਾਂ ਨੇ ਆਪਣੇ ਆਪ ਹੀ ਵਾਪਸ ਆ ਜਾਣਾ ਐਂਡ ਉਹ ਆਪਣੇ ਸਾਰੇ ਪੰਜਾਬੀਆਂ ਦੰਡ 'ਤੇ ਸ਼ੁਕਰਗੁਜ਼ਾਰ ਹੀ ਕਰੂਗੇ। ਸੋ ਟੈਲੈਂਟ ਨੂੰ ਪ੍ਰਮੋਟ ਕਰਿਆ ਕਰੋ। ਜਦੋਂ ਕੋਈ ਬੰਦਾ ਪਰੇਸ਼ਾਨੀ ਦੇ ਵਿੱਚ ਹੁੰਦਾ ਆ, ਪ੍ਰੋਬਲਮ ਦੇ ਵਿੱਚ ਹੁੰਦਾ, ਉਹਦਾ ਮਜ਼ਾਕ ਨਾ ਉਡਾਇਆ ਕਰੋ। ਉਹਨੂੰ ਪਿਆਰ ਦੇ ਨਾਲ ਆਪਣੇ ਰਸਤੇ 'ਤੇ ਵਾਪਸ ਲੈ ਕੇ ਆਈਦਾ ਹੁੰਦਾ ਆ।